ਸੋਚ ਨਵਾਇਆ ਗਾਸ ਇਹੋ ਵਕਤ ਦੀ ਹੈ ਆਵਾਜ਼ ਇਹੋ ਵਕਤ ਦੀ ਹੈ ਆਵਾਜ਼। ਪਤਨੀ ਵਾਰ ਵਾਰ ਆਪਣੀ ਸੱਸ ਮਾਂ ਦੇ ਉੱਤੇ ਇਲਜ਼ਾਮ ਲਾ ਰਹੀ ਹੈ ਤੇ ਪਤੀ ਉਹਨੂੰ ਵਾਰ ਵਾਰ ਰੋਕਦਾ, ਕਹਿੰਦਾ ਹੱਦਾਂ ਦੇ ਵਿੱਚ ਰਹਿ, ਐਵੇਂ ਮੇਰੀ ਮਾਂ ਦੇ ਬਾਰੇ ਨਾ ਬੋਲ। ਸੁਣਿਓ ਧਿਆਨ ਨਾਲ, ਆਪਣੀਆਂ ਹੱਦਾਂ ਪਾਰ ਨਾ ਕਰ, ਮੇਰੀ ਮਾਂ ਦੇ ਬਾਰੇ ਨਾ ਬੋਲ। ਪਰ ਪਤਨੀ ਚੁੱਪ ਹੋਣ ਦਾ ਨਾਮ ਨਹੀਂ ਲੈ ਰਹੀ, ਜ਼ੋਰ ਜ਼ੋਰ ਦੇ ਨਾਲ ਚੀਖ ਰਹੀ ਤੇ ਚੀਖ ਚੀਖ ਕੇ ਪਤਾ ਕੀ ਕਹਿੰਦੀ ਹੈ, ਕਹਿਣ ਲੱਗੀ ਮੈਂ ਤੇ ਆਪਣੀ ਜਿਹੜੀ ਅੰਗੂਠੀ ਹੈ ਨਾ, ਜਿਹੜੀ ਮੁੰਦਰੀ, ਉਹ ਟੇਬਲ ਦੇ ਉੱਤੇ ਰੱਖੀ ਸੀ, ਤੇਰੇ ਤੇ ਮੇਰੇ ਇਲਾਵਾ ਵਿੱਚ, ਤੇਰੇ ਤੇ ਮੇਰੇ ਇਲਾਵਾ ਇਸ ਕਮਰੇ ਵਿੱਚ ਹੋਰ ਕੋਈ ਨਹੀਂ ਸੀ, ਤੇ ਜਦੋਂ ਅਸੀਂ ਦੋਵੇਂ ਬਾਹਰ ਨਿਕਲੇ ਆ ਨਾ ਕਮਰੇ 'ਚ, ਬਸ ਤੇਰੀ ਮਾਂ ਹੀ ਆਈ ਤੇ ਇਹ ਅੰਗੂਠੀ ਤੇਰੀ ਮਾਂ ਨੇ ਚੱਕੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਪਤਨੀ ਇਲਜ਼ਾਮ ਲਾ ਰਹੀ ਹੈ ਪਤੀ ਦੀ ਮਾਂ, ਭਾਵ ਆਪਣੀ ਸੱਸ ਦੇ ਉੱਤੇ, ਕਿ ਜਿਹੜੀ ਮੇਰੀ ਕੀਮਤੀ ਅੰਗੂਠੀ ਟੇਬਲ ਦੇ ਉੱਤੇ ਪਈ ਸੀ ਨਾ, ਉਹ ਤੇਰੀ ਮਾਂ ਨੇ ਚੱਕੀ ਹੈ, ਹੋਰ ਨਹੀਂ ਕਿਸੇ ਨੇ ਚੱਕੀ। ਤੇ ਜਦੋਂ ਪਤੀ ਦੀਆਂ ਹੱਦਾਂ ਟੱਪ ਗਈਆਂ ਨਾ ਬਰਦਾਸ਼ਤ ਕਰਨ ਦੀਆਂ, ਇਹ ਤੇ ਬੋਲੀ ਜਾ ਰਹੀ, ਚੁੱਪ ਨਹੀਂ ਹੋ ਰਹੀ, ਤੇ ਉਹਨੇ ਕੀਤਾ ਕਿ ਆਪਣੀ ਪਤਨੀ ਦੇ ਮੂੰਹ ਦੇ ਉੱਤੇ ਚਪੇੜ ਮਾਰਤੀ। ਹੁਣ ਜਦੋਂ ਚਪੇੜ ਮਾਰੀ ਨਾ, ਤੇ ਨਾਲ ਇੰਨੀ ਗੱਲ ਕਹੀ, ਅਜੇ ਤੂੰ 4-5 ਮਹੀਨੇ ਹੋਏ ਨੇ ਮੇਰੇ ਘਰ ਆਈ ਹੈ, 4-5 ਮਹੀਨੇ, ਤੇ ਤੂੰ ਮੇਰੀ ਮਾਂ ਬਾਰੇ ਏਡੇ ਅਪਸ਼ਬਦ ਬੋਲ ਰਹੀ ਹੈ, ਤੈਨੂੰ ਕੀ ਪਤਾ ਮੇਰੀ ਮਾਂ ਦਾ ਕਿਹੋ ਜਿਹਾ ਜੀਵਨ ਹੈ। ਹੁਣ ਗੱਲ ਸੁਣਨੀ, ਜਿਹੜਾ ਮੇਨ ਪੁਆਇੰਟ ਆਏਗਾ ਸੀ ਉਹ ਲੈਣਾ ਵਿੱਚੋਂ। ਹੁਣ ਜਦੋਂ ਚਪੇੜ ਵੱਜੀ, ਉਹਦੇ ਕੋਲੋਂ ਚਪੇੜ ਸਹਿਣ ਨਾ ਹੋਈ, ਉਹਨੇ ਟੈਚੀ ਪੈਕ ਕੀਤਾ, ਕਹਿੰਦੀ ਮੈਂ ਹੁਣੇ ਚੱਲੀ ਆਪਣੇ ਪੇਕੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਜਾਂਦਿਆਂ ਜਾਂਦਿਆਂ ਘਰ ਵਾਲਾ ਪਤਾ ਕੀ ਕਹਿੰਦਾ, ਕਹਿੰਦਾ ਚੱਲੀ ਹੈ ਪਰ ਇੱਕ ਗੱਲ ਸੁਣ, ਕਹਿੰਦੀ ਤੂੰ ਮੈਨੂੰ ਕੀ ਗੱਲ ਦੱਸਣੀ, ਇੱਕ ਸਵਾਲ ਮੇਰੇ ਅੰਦਰ ਹੈ, ਪਹਿਲੇ ਮੇਰੇ ਸਵਾਲ ਦਾ ਜਵਾਬ ਦੇ ਕਿ ਤੈਨੂੰ ਆਪਣੀ ਮਾਂ ਦੇ ਉੱਤੇ ਇੰਨਾ ਭਰੋਸਾ ਕਿਉਂ ਹੈ, ਕਿ ਅੰਗੂਠੀ ਤੇਰੀ ਮਾਂ ਨੇ ਨਹੀਂ ਚੱਕੀ, ਤੂੰ ਮੈਨੂੰ ਚਪੇੜ ਮਾਰ ਦਿੱਤੀ, ਤੈਨੂੰ ਆਪਣੀ ਮਾਂ ਦੇ ਉੱਤੇ ਭਰੋਸਾ ਕਿਉਂ ਹੈ ਇੰਨਾ। ਉਸ ਵੇਲੇ ਪਤੀ ਪਤਾ ਕੀ ਕਹਿੰਦਾ, ਕਹਿਣ ਲੱਗਾ ਜਦੋਂ ਮੈਂ ਛੋਟਾ ਸੀ ਨਾ ਤੇ ਮੇਰਾ ਬਾਪ ਮਰ ਗਿਆ। ਮਾਂ ਦਰਵਾਜ਼ੇ ਦੇ ਪਿੱਛੇ ਖਲੋ ਕੇ ਗੱਲਾਂ ਸੁਣ ਰਹੀ ਹੈ, ਕਹਿੰਦਾ ਜਦੋਂ ਮੈਂ ਛੋਟਾ ਸੀ ਮੇਰਾ ਬਾਪ ਚੜ੍ਹਾਈ ਕਰ ਗਿਆ ਤੇ ਮੇਰੀ ਮਾਂ ਨੇ ਬਾਜ਼ਾਰ ਦੇ ਵਿੱਚ ਆ ਜਿੰਨੇ ਘਰ ਨੇ ਨਾ ਆਲੇ ਦੁਆਲੇ ਸਾਰੇ ਘਰਾਂ ਦੇ ਵਿੱਚ ਝਾੜੂ ਦੇ ਕੇ ਪੋਚਾ ਦੇ ਕੇ ਜੋ ਉਹਨੂੰ ਮਿਲਦਾ ਸੀ ਉਹਦੇ ਨਾਲ ਮੇਰਾ ਪੇਟ ਪਾਲਣਾ ਸ਼ੁਰੂ ਕੀਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਇਹਨਾਂ ਕੁਝ ਕਰਨ ਦੇ ਬਾਵਜੂਦ ਵੀ ਨਾ ਇੱਕ ਵੇਲੇ ਦਾ ਹੀ ਖਾਣਾ ਬਣਦਾ ਸੀ ਸਾਡੇ ਘਰ, ਇੱਕ ਵੇਲੇ ਦਾ ਹੀ, ਤੇ ਮਾਂ ਇੱਕ ਥਾਲੀ ਦੇ ਵਿੱਚ ਉਹ ਖਾਣਾ ਮੈਨੂੰ ਪਰੋਸ ਦਿੰਦੀ ਸੀ। ਗੱਲ ਸੁਣਿਓ, ਅੱਜ ਆਪਾਂ ਕੁਝ ਲੈ ਕੇ ਜਾਣਾ, ਇਹ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਾਲੇ, ਗੁਰਮੁਖ ਪਿਆਰੇ ਭਾਈ ਤੇਜਪਾਲ ਸਿੰਘ, ਸਾਰੀ ਇਹਨਾਂ ਦੀ ਇਹ ਜਿੰਨੀ ਵੀ ਟੀਮ ਹੈ, 29ਵਾਂ ਸਮਾਗਮ ਮਨਾ ਰਹੇ। ਮੈਂ ਕਹਿੰਦਾ ਸਾਡੇ ਘਰਾਂ ਦੇ ਵਿੱਚ ਇਹੋ ਜਿਹਾ ਇਨਕਲਾਬ ਆਵੇ, ਅਸੀਂ ਸਾਰਾ ਪਰਿਵਾਰ ਮਿਲ ਜੁਲ ਕੇ ਰਹਿਣਾ ਸ਼ੁਰੂ ਕਰ ਦਈਏ। ਪਤਾ ਲੱਗੇ ਅਸੀਂ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦਾ ਸਾਲਾਨਾ ਸਮਾਗਮ ਮਨਾ ਕੇ ਆਏ ਹਾਂ। ਆਖੋ ਸ੍ਰੀ ਅਕਾਲ। ਕਹਿੰਦੇ ਮੇਰੀ ਮਾਂ
ਜੋ ਵੀ ਕੰਮ ਕਰਦੀ ਸੀ ਨਾ ਲੋਕਾਂ ਦੇ ਘਰਾਂ ਵਿੱਚ, ਇੱਕ ਵੇਲੇ ਦਾ ਖਾਣਾ ਬਸ ਉਹਦੇ ਨਾਲ ਮਿਲਦਾ ਸੀ, ਇੱਕ ਵੇਲੇ ਦਾ ਇੰਨੀ ਕਮਾਈ ਹੁੰਦੀ ਸੀ ਬਸ। ਤੇ ਮਾਂ ਨੇ ਕਰਨਾ ਕਿ ਇੱਕ ਥਾਲੀ ਦੇ ਵਿੱਚ ਮੈਨੂੰ ਖਾਣਾ ਪਰੋਸ ਕੇ ਦੇ ਦੇਣਾ ਤੇ ਖਾਲੀ ਡੱਬਿਆਂ ਨੂੰ ਨਾ ਢੱਕ ਕੇ ਰੱਖ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਇੰਨੀ ਗੱਲ ਕਹਿਣੀ, ਮੇਰੀ ਜਿਹੜੀ ਰੋਟੀ ਹੈ ਨਾ ਇਹ ਡੱਬਿਆਂ ਦੇ ਵਿੱਚ, ਪੁੱਤਰ ਪਹਿਲੇ ਤੂੰ ਖਾ ਬਾਅਦ ਚੋਂ ਮੈਂ ਖਾ ਲਾਂਗੀ। ਪਰ ਹੁੰਦੇ ਉਹ ਖਾਲੀ ਡੱਬੇ ਸੀ। ਤੇ ਕਹਿੰਦੇ ਮੈਂ ਵੀ ਇਸ ਚੀਜ਼ ਤੋਂ ਜਾਣੂ ਸੀ ਤੇ ਮੈਂ ਕਰਦਾ ਪਤਾ ਕੀ ਸੀ, ਅੱਧੀ ਰੋਟੀ ਖਾ ਲੈਣਾ ਸਾਂ ਤੇ ਅੱਧੀ ਰੋਟੀ ਛੱਡ ਦੇਣਾ ਸਾਂ ਕਿ ਮਾਂ ਮੈਨੂੰ ਇੰਨੀ ਭੁੱਖ ਨਹੀਂ। ਤੇ ਮਾਂ ਕਰਦੀ ਕੀ ਸੀ, ਜਿਹੜੀ ਅੱਧੀ ਜੂਠੀ ਰੋਟੀ ਮੈਂ ਛੱਡਦਾ ਸੀ ਨਾ, ਬਾਅਦ ਵਿੱਚ ਉਹ ਖਾ ਕੇ ਆਪਣਾ ਪੇਟ ਪਾਲਦੀ ਸੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੀ ਮਾਂ ਨੇ ਮੇਰੀ ਅੱਧੀ ਜੂਠੀ ਰੋਟੀ ਖਾ ਕੇ ਮੈਨੂੰ ਪਾਲ ਪੋਸ ਕੇ ਏਡਾ ਵੱਡਾ ਕੀਤਾ ਹੈ। ਤੇ ਅੱਜ ਜੇ ਮੈਂ ਦੋ ਰੋਟੀਆਂ ਕਮਾਉਣ ਦੇ ਲਾਇਕ ਬਣ ਗਿਆ ਵਾਂ ਨਾ, ਤੇ ਮੈਂ ਇਹ ਆਪਣੀ ਮਾਂ ਦੇ ਪਰ ਉਪਕਾਰ ਕਿਵੇਂ ਭੁੱਲ ਸਕਦਾ ਵਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੇਰੀ ਮਾਂ ਨੇ ਭਰ ਜਵਾਨੀ ਦੀ ਉਮਰ ਦੇ ਵਿੱਚ ਆਪਣੀਆਂ ਇੱਛਾਵਾਂ ਨੂੰ ਮਾਰਿਆ, ਕਿਤੇ ਕੋਈ ਗਲਤ ਕਦਮ ਨਹੀਂ ਪੁੱਟਿਆ, ਆਪਣੀਆਂ ਇੱਛਾਵਾਂ ਨੂੰ ਮਾਰਿਆ, ਲੋਕਾਂ ਦੇ ਘਰ ਝਾੜੂ ਪੋਚਾ ਕਰ ਕਰਕੇ ਮੇਰੇ ਪੇਟ ਨੂੰ ਪਾਲਿਆ। ਤੇ ਅੱਜ ਮਾਂ ਇਸ ਉਮਰ ਦੇ ਪੜਾਅ ਵਿੱਚ ਭੁੱਖਾ ਮਰਨਾ ਤੇ ਮੈਨੂੰ ਪਤਾ ਮਨਜ਼ੂਰ ਕਰ ਲਏਗੀ, ਪਰ ਕਦੀ ਚੋਰੀ ਨਹੀਂ ਕਰੇਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੂੰ ਤੇ 4-5 ਮਹੀਨਿਆਂ ਤੋਂ ਮੇਰੇ ਨਾਲ ਅਟੈਚ ਹੋਈ ਹੈ, ਪਰ ਆਪਣੀ ਮਾਂ ਦੀ ਤਪੱਸਿਆ ਤੇ ਪਿਛਲੇ 30 ਸਾਲਾਂ ਤੋਂ ਮੈਂ ਦੇਖ ਰਿਹਾ, ਤਾਂ ਕਰਕੇ ਮੈਨੂੰ ਆਪਣੀ ਮਾਂ ਦੇ ਉੱਤੇ ਪੂਰਾ ਵਿਸ਼ਵਾਸ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਸੁਣ ਕੇ ਮਾਂ ਦੀਆਂ ਅੱਖਾਂ ਛਲਕ ਰਹੀਆਂ, ਦਰਵਾਜ਼ੇ ਦੇ ਪਿੱਛੇ ਖੜੋਤੀ ਉਹਦੀਆਂ ਅੱਖਾਂ ਛਲਕ ਰਹੀਆਂ ਨੇ, ਅੱਥਰੂ ਕਿਰ ਰਹੇ ਨੇ। ਤੇ ਬੇਟਾ ਆਪਣੇ ਮਨ ਦੇ ਵਿੱਚ ਸ਼ੁਕਰਾਨੇ ਕਰ ਰਿਹਾ ਕਿ ਮਾਂ ਨੇ ਜਿਹੜੀ ਅੱਧੀ ਰੋਟੀ ਖਾਧੀ ਹੈ ਨਾ ਮੇਰੀ ਜੂਠੀ, ਤੇ ਅੱਧੀ ਜਿਹੜੀ ਮੈਨੂੰ ਖਵਾਈ ਏ, ਅਜੇ ਤੱਕ ਤੇ ਮੈਂ ਉਹਦਾ ਵੀ ਕਰਜ਼ਾ ਉਤਾਰ ਨਹੀਂ ਸਕਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਉਹ ਕਹਿੰਦਾ ਦੱਸ ਹੋਰ ਤੈਨੂੰ ਕੀ ਚਾਹੀਦਾ ਵਿਸ਼ਵਾਸ ਲਈ, ਤੂੰ ਤੇ 5-6 ਮਹੀਨਿਆਂ ਤੋਂ ਆਈ, ਮੈਂ 30 ਸਾਲਾਂ ਤੋਂ ਮਾਂ ਦੀ ਤਪੱਸਿਆ ਵੇਖ ਰਿਹਾ, ਇੱਥੇ ਸਿੱਖਿਆ ਕੋਈ ਗਲਤ ਨਾ ਲੈ ਜਿਓ ਕਿ ਜੇ ਸਾਡੀ ਪਤਨੀ ਆਈ ਸਾਡੇ ਘਰ ਦੇ ਵਿੱਚ ਅਸੀਂ ਲੜਾਈ ਝਗੜੇ ਕਰਨੇ ਨੇ, ਉਹਦੇ ਨਾਲ ਮਾਰ ਕੁਟਾਈ ਕਰ, ਨਹੀਂ 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 ਇਹ ਨਹੀਂ। ਮਾਂ ਨੂੰ ਮਾਂ ਦੀ ਜਗ੍ਹਾ ਤੇ ਰੱਖੋ, ਪਤਨੀ ਨੂੰ ਪਤਨੀ ਦੀ ਜਗ੍ਹਾ ਤੇ ਰੱਖੋ, ਬੱਚਿਆਂ ਨੂੰ ਬੱਚਿਆਂ ਦੀ ਜਗ੍ਹਾ ਤੇ ਰੱਖੋ, ਬਾਕੀ ਜਿਹੜੇ ਭੈਣ ਭਾਈ ਨੇ ਉਹਨਾਂ ਨੂੰ ਆਪਣੀ ਜਗ੍ਹਾ ਤੇ ਮਹੱਤਵ ਦੇਵੋ। ਹੈਂਜੀ, ਇਹ ਨਹੀਂ ਇੱਕ ਨੇ ਗੱਲ ਕੀਤੀ ਬਸ ਕੰਨ ਤੇਰੇ ਭਰਤੇ ਬਸ ਤੂੰ ਚੜ੍ਹਾਈ ਕਰਨ ਤੁਰ ਪਿਆ, ਨਹੀਂ ਨਹੀਂ ਨਹੀਂ। ਹਰ ਚੀਜ਼ ਦੇ ਉੱਤੇ ਐਕਸ਼ਨ ਲੈਣ ਤੋਂ ਪਹਿਲਾਂ 100 ਵਾਰੀ ਉਸ ਚੀਜ਼ ਨੂੰ ਸੋਚ, 100 ਵਾਰੀ ਸੋਚ, ਇੱਦਾਂ ਸੱਚਮੁੱਚ ਹੋ ਸਕਦਾ, ਇੱਦਾਂ ਹੋਇਆ ਹੋਏਗਾ, ਦੋਵੇਂ ਜੀਆਂ ਨੂੰ ਸਾਹਮਣੇ ਬਾ ਦੇ ਪਿਆਰ ਵਿੱਚ, ਜੀ ਇੱਦਾਂ ਦੀ ਆਹ ਜਿਹੜੀ ਚੀਜ਼ ਉਤਪੰਨ ਹੋ ਰਹੀ ਹੈ ਸਾਡੇ ਘਰ ਦੇ ਵਿੱਚ, ਕਲੇਸ਼ ਦਾ ਕਾਰਨ ਬਣ ਰਹੀ, ਤੁਸੀਂ ਬੈਠੇ ਹੋ ਵਿੱਚ, ਮੈਂ ਬੈਠਾ ਵਾਂ, ਤੇ ਇਹ ਚੀਜ਼ ਦਾ ਤੁਸੀਂ ਜਿਵੇਂ ਹੱਲ ਕਰਨਾ ਚਾਹੋ ਪਿਆਰ ਨਾਲ ਕਰ ਲਓ। ਹਰ ਪਰਿਵਾਰਕ ਮੈਂਬਰ ਨੂੰ ਤੂੰ ਆਪਣੀ ਆਪਣੀ ਜਗ੍ਹਾ ਤੇ ਰੱਖ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਾਂ ਦੀ ਸੇਵਾ ਡਟ ਡਟ ਕੇ ਕਰ, ਬਾਪ ਦੀ ਸੇਵਾ ਡਟ ਡਟ ਕੇ ਕਰ, ਤੇ ਇੱਕ ਚੀਜ਼ ਦਾ ਧਿਆਨ ਰੱਖੀ, ਜਿਹੜੀ ਪਤਨੀ ਤੇਰੇ ਘਰ ਵਿੱਚ ਆਈ ਹੈ, ਤੇਰੇ ਬੱਚੇ ਨੇ ਜਿਹੜੇ,
ਉਹਨਾਂ ਨੂੰ ਆਪਣੀ ਜਗ੍ਹਾ ਦੇ ਉੱਤੇ ਰੱਖ ਕੇ ਉਹਨਾਂ ਦੀ ਵੀ ਸੇਵਾ ਦੇ ਵਿੱਚ ਤੂੰ ਹਾਜ਼ਰ ਰਹਿਣਾ। ਬੱਚਿਆਂ ਨੂੰ ਪਾਲਣਾ ਉਹ ਵੀ ਤੇ ਤੇਰੀ ਸੇਵਾ ਹੀ ਹੈ ਨਾ, ਪਤਨੀ ਦਾ ਸਤਿਕਾਰ ਕਰਨਾ ਹਰ ਜਗ੍ਹਾ ਉਹ ਵੀ ਤੇਰੀ ਸੇਵਾ ਹੈ। ਦੋਨੇ ਧਿਰਾਂ ਨੂੰ ਆਪਣੀ ਆਪਣੀ ਜਗ੍ਹਾ ਤੇ ਰੱਖ ਤੇ ਨਿਮਰਤਾ ਦੇ ਨਾਲ ਹਰ ਚੀਜ਼ ਨੂੰ ਹੈਂਡਲ ਕਰ, ਨਿਮਰਤਾ ਦੇ ਨਾਲ। ਇਹ ਮੇਰੀ ਬੇਨਤੀ ਹੈ ਅੱਜ ਜੇ ਅਸੀਂ ਇੱਥੇ ਆਏ ਹਾਂ ਤੇ ਆਪਣੇ ਘਰਾਂ ਦੇ ਵਿੱਚ ਆਹ ਖੁਸ਼ਬੋ ਲੈ ਕੇ ਜਾਇਓ। ਕਿਹੜੀ ਖੁਸ਼ਬੋ? ਕਿ ਸਾਡਾ ਸਾਰਿਆਂ ਦਾ ਪਰਿਵਾਰ ਇੱਕਜੁੱਟ ਹੋ ਕੇ ਸੁਖੀ ਵਸੇ। ਕਰਦੇ ਹੋ ਅਰਦਾਸ, ਕਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾ। ਮਹਾਰਾਜ ਅੱਜ ਸਾਰਿਆਂ ਦੇ ਉੱਤੇ ਛਟਾਏ ਦੇ ਦਿਓ, ਘਰਾਂ ਦੇ ਵਿੱਚੋਂ ਕਲਾ ਕਲੇਸ਼ ਨਿਕਲ ਜਾਣ, ਜਿਹੜੀਆਂ ਘਰ ਦੇ ਵਿੱਚ ਪਰੇਸ਼ਾਨੀਆਂ ਨੇ ਨਾ, ਜਾਂ ਜਿਹੜੀਆਂ ਦੀਵਾਰਾਂ ਪੈਣ ਵਾਲੇ ਸਮੇਂ ਨੇ ਨਾ, ਅੱਜ ਦੀਵਾਰਾਂ ਪੈਣ ਵਾਲੇ ਸਮੇਂ ਦੀਵਾਰਾਂ ਢਹਿਣ ਵਾਲੇ ਸਮਿਆਂ 'ਚ ਤਬਦੀਲ ਹੋ ਜਾਣ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹਦਾ ਨਹੀਂ, ਧੰਨ ਬਾਬਾ ਦੀਪ ਸਿੰਘ ਜੀ।